ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਫੈਲੋਕੇ ਵਿਖੇ ਪਤੀ ਪਤਨੀ ਦੇ ਝਗੜੇ ਤੋਂ ਬਾਅਦ ਪਤੀ ਵੱਲੋਂ ਅੱਗ ਲਗਾ ਕੇ ਆਪਣਾ ਹੀ ਘਰ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਔਰਤ ਸ਼ਿੰਦਰ ਕੌਰ ਨੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੇਰਾ ਪਤੀ ਨਸ਼ੇ ਕਰਨ ਦਾ ਆਦੀ ਹੈ, ਜੋ ਪਹਿਲਾਂ ਵੀ ਕਈ ਵਾਰ ਲੜਾਈ ਝਗੜਾ ਕਰ ਚੁੱਕਿਆ ਅਤੇ ਬੀਤੇ ਕੱਲ੍ਹ ਪਤੀ ਪਤਨੀ ਦੇ ਵਿੱਚ ਲੜਾਈ ਹੋ ਗਈ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਤੀ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ ਹੈ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਮੌਕੇ ਪੀੜਤ ਔਰਤ ਨੇ ਦੱਸਿਆ ਕਿ ਪਹਿਲਾਂ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਸਦਾ ਦਿਓਰ ਨਾਲ ਦੂਜਾ ਵਿਆਹ ਹੋਇਆ ਸੀ ਅਤੇ ਕੁਝ ਸਮਾਂ ਪਤੀ ਠੀਕ ਠਾਕ ਰਿਹਾ ਅਤੇ ਹੁਣ ਨਸ਼ੇ ਕਰਕੇ ਰੋਜ਼ਾਨਾ ਹੀ ਘਰ ਦੇ ਵਿੱਚ ਕਲੇਸ਼ ਰੱਖਦਾ ਹੈ ਅਤੇ ਕਈ ਵਾਰ ਉਸਦੀ ਕੁੱਟਮਾਰ ਵੀ ਕਰਦਾ ਹੈ। ਇਸ ਸੰਬੰਧੀ ਪੀੜਤ ਔਰਤ ਨੇ ਪੁਲਿਸ ਚੌਂਕੀ ਡੇਰਾ ਸਾਹਿਬ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਵੀ ਕੀਤੀ ਹੈ। ਇਸ ਸੰਬੰਧੀ ਜਦੋਂ ਪੱਤਰਕਾਰ ਨੇ ਪੁਲਿਸ ਚੌਂਕੀ ਡੇਰਾ ਸਾਹਿਬ ਦੇ ਇੰਚਾਰਜ ਹਰਿੰਦਰਪਾਲ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਦਰਖਾਸਤ ਆਈ ਸੀ, ਜਿਸ ਤੋਂ ਬਾਅਦ ਅਸੀਂ ਮੌਕਾ ਵੇਖਣ ਪਹੁੰਚੇ ਸੀ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਨਾਮ ਹੋ ਤੇਰਾ? ਮੇਰਾ ਨਾਮ ਜਗਰੂਪ ਸਿੰਘ ਹੈ ਜੀ। ਕੀ ਗੱਲਬਾਤ ਹੋਈ ਤੁਹਾਡੇ ਘਰ ਆ ਕੇ, ਕਿੱਦਾਂ ਲੱਗੀ? ਮੈਂ ਤੇ ਨਾਨਕੇ ਹਾਂ ਜੀ, ਤੇ ਇਹ ਥਾਂ ਥੂੰ ਤੋਂ ਝਗੜਾ ਆਇਆ ਜੀ ਤੇ ਨਾ ਰਾਤ ਅੱਗ ਲਾ ਤੇ ਸਾਨੂੰ 1 ਵਜੇ ਫੋਨ ਲਾਇਆ ਨਾ ਤੇ 1 ਵਜੇ ਆਏ ਆ, ਉਦੋਂ ਵੀ ਘਰੇ ਨਹੀਂ ਆਏ ਹੈਗੇ ਸੀ, ਜ਼ਰੂਰ ਇੱਥੇ ਘਰੇ ਨਹੀਂ ਸੀ, ਇਹਨਾਂ ਨੂੰ ਅੱਗ ਸੁੱਟਦਾ ਸਾਨੂੰ ਦੱਸਣ ਡੇ ਸੀ। ਪੈਸੇ ਦੇਣਾ ਕੁੜੀ ਦਾ ਵਿਆਹ ਕੀਤਾ 1.5 ਮਹੀਨਾ ਹੋਇਆ ਜੀ ਤੇ ਪੈਸੇ ਦੇਣਾ ਗਹਿਣਾ ਗੁਣਾ ਡਾਲੋ ਦਾ ਗਹਿਣਾ ਪਾਉਣਾ ਸੀ ਤੇ ਇਹ ਪੈਸੇ ਮੰਗਦਾ ਸੀ ਤੇ ਪੈਸੇ ਪੇਟੀ ਉਹਨੂੰ ਪਤਾ ਲੱਗ ਗਿਆ ਕਿਤੇ ਤੇ ਉਹਨੇ ਤਾਂ ਕਰਕੇ ਅੱਗ ਲਾ ਤੀ। ਪੈਸੇ ਰੱਬ ਹੀ ਜਾਣਦਾ ਜੇ ਕੱਢ ਕੇ ਲੈ ਗਿਆ ਕੇ ਵੇਚੀ। ਨਸ਼ਾ ਨੁਸ਼ਾ ਕਰਦਾ? ਹਾਂਜੀ, ਸਮੈਕ ਪੀਂਦਾ ਜੀ। ਝਗੜਾ ਹੁੰਦਾ ਵਾ, ਇਹ ਥਾਂ ਮੇਰਾ ਘਰ ਵਾਲਾ ਪਹਿਲਾਂ ਜਿਹਦੇ ਨਾਲ ਮੈਂ ਵਿਆਹੀ ਉਹ ਪੂਰੇ ਹੋ ਗਏ ਸੀ ਲੜਾਈ 'ਚ ਇਸੇ ਥਾਂ ਤੋਂ ਹੀ ਤੇ ਹੁਣ ਵੀ ਜਿਹੜੇ ਦੇਰ ਜੇਠ ਆ ਵੀ ਉਹ ਹੁਣ ਮੇਰੇ ਤੋਂ ਥਾਂ ਖੋਹਣਾ ਚਾਹੁੰਦੇ ਆ, ਜਿਨ੍ਹਾਂ ਤੋਂ ਮਰਿਆ ਵਾ ਉਹਨਾਂ ਨੇ ਮੈਨੂੰ ਥਾਂ ਦਿੱਤਾ ਵਾ, ਉਹਨਾਂ ਨੇ ਕਿਹਾ ਵੀ ਇਹਨੂੰ ਮਿਲੂਗਾ, ਜਨਾਨੀ ਨੂੰ ਥਾਂ ਮਿਲੂਗਾ ਜਿਹਦਾ ਘਰ ਵਾਲਾ ਮਰਿਆ ਵਾ, ਅਤੇ ਹੁਣ ਇਹ ਮੇਰੇ ਦੇਰ ਜੇਠ ਜਿਹੜੇ ਆ ਇਹ ਮੇਰੇ ਤੋਂ ਥਾਂ ਖੋਹਦੇ ਆ, ਇਹ ਕਹਿੰਦੇ ਇਹਨਾਂ ਨੇ ਅੱਗ ਲਵਾਈ ਆ ਵੀ ਤੂੰ ਅੱਗ ਲਾ ਦੇ ਅਤੇ ਇੱਥੋਂ ਚੱਲ ਜੂਗੀ ਅਤੇ ਆਪਾਂ ਦੋਵੇਂ ਭਰਾ ਥਾਂ ਰੱਖ ਲਾਂਗੇ। ਅੱਗ ਲਾਈ ਕਹਿੰਦੇ? ਅੱਗ ਮੇਰੇ ਘਰ ਵਾਲੇ ਨੇ ਲਾਈ ਆ ਜੀ। ਘਰ ਵਾਲੇ ਨੇ ਕਿਉਂ ਲਾਈ? ਕੋਈ ਨਸ਼ਾ ਪਤਾ ਕਰਦਾ? ਹਾਂਜੀ, ਸਮੈਕ ਪੀਂਦਾ ਵਾ ਜੀ ਤਾਂ ਕਰਕੇ, ਅਤੇ ਮੇਰੇ ਤੋਂ ਪੈਸੇ ਮੰਗਦਾ ਸੀ ਅਤੇ ਮੈਂ ਪੈਸੇ ਰੱਖੇ ਸੀ ਗਹਿਣਾ ਛਡਾਉਣ ਵਾਸਤੇ ਅਤੇ ਇਹਨਾਂ ਨੇ ਵੀ ਇਹ ਪੈਸੇ ਮੰਗਦਾ ਸੀ ਰਾਤ ਆਣ ਕੇ ਅਤੇ ਮੈਂ ਇਹਨੂੰ ਪੈਸੇ ਨਹੀਂ ਦਿੱਤੇ ਅਤੇ ਇਸ ਕਰਕੇ ਇਹਨੇ ਅੱਗ ਲਾਤੀ ਸਾਨੂੰ ਅੱਗ 'ਚ ਸੁੱਟਦਾ ਸੀ ਅਤੇ ਅਸੀਂ ਫਿਰ ਜਦੋਂ ਇਹਨੇ ਸਾਰੇ ਅੱਗ ਲਾਤੀ ਸਾਨੂੰ ਅੱਗ 'ਚ ਸੁੱਟਦਾ ਅਸੀਂ ਮੁੜ ਕੇ ਭੱਜ ਕੇ ਚੱਲ ਗਏ ਹਾਂ ਕਿਸੇ ਦੇ ਘਰ ਅਤੇ ਸਾਡੇ ਮਗਰ ਜਾਂਦਾ ਸੀ ਆਉਂਦਾ ਸੀ ਡਾਂਗ ਫੜਾ ਮੁੰਡੇ ਦੂਜੇ ਨੂੰ ਆਉਂਦਾ ਡਾਂਗ ਫੜਾ ਮੈਨੂੰ, ਮੈਂ ਇਹਨਾਂ ਨੂੰ ਘਰੋਂ ਨਹੀਂ ਜਾਣ ਦੇਣਾ ਵਿੱਚ ਘਰੋਂ ਕਿੱਤਰਾ ਜਾਓ ਕਿਸੇ ਦੇ ਘਰ ਨਹੀਂ ਮੈਂ ਤੁਹਾਨੂੰ ਸੌਣ ਦੇਣਾ ਅਤੇ ਅਸੀਂ ਤਾਂ ਵੀ ਭੱਜ ਗਏ ਹਾਂ ਜੀ, ਅਸੀਂ ਬਚ ਗਏ ਹਾਂ ਅਤੇ ਨਹੀਂ ਤਾਂ ਇਹਨੇ ਸਾਰਿਆਂ ਨੂੰ ਅੱਗ 'ਚ ਸੁੱਟ ਦੇਣਾ ਸੀ। ਨਿਆਣੇ ਕਹਿੰਦੇ ਤੁਹਾਡੇ? ਹਾਂਜੀ, ਮੇਰੇ ਪਹਿਲੇ ਤੇ 5 ਬੱਚੇ ਆ ਪਹਿਲੇ ਆਦਮੀ ਦੇ ਅਤੇ ਹੁਣ ਇਹਦੇ 'ਚ 2 ਮੁੰਡੇ ਆ, ਉਹਦੀਆਂ 3 ਕੁੜੀਆਂ ਅਤੇ 2 ਕਾਕੇ ਆ। ਇਹ ਜਗ੍ਹਾ ਕਿਹਦੇ ਨਾਂ 'ਤੇ? ਇਹ ਜਗ੍ਹਾ ਤੇ ਨਾਂ ਤੇ ਵੀ ਭਾਪੇ ਨੇ ਹੀ ਤਾਰੇਦਾਰ ਤੂਰਦਾ ਰਿਹਾ ਵਾ ਕਿਸ ਥਾਂ, ਅਤੇ ਬਾਅਦ 'ਚ ਇਹ ਆ ਵੀ ਮੁੜ ਕੇ ਅਸੀਂ ਵੀ ਤਾਰਦੇ ਰਹੇ ਹਾਂ ਨਾ ਨਾਲ। ਹਾਂਜੀ, ਜਦੋਂ ਸਾਡਾ ਵਿਆਹ ਹੋ ਗਿਆ ਫਿਰ ਇਹ ਆਉਂਦੇ ਵੀ ਤਾਰੋ ਕਿਸ ਥਾਂ ਨਾਲ ਅਤੇ ਅਸੀਂ ਵੀ ਤਾਰਦੇ ਰਹੇ ਹਾਂ ਕਿਸ ਥਾਂ। ਹਾਂਜੀ,
ਤੇ ਹੁਣ ਇਹ ਇੱਦਾਂ ਕਰਦੇ ਆ ਵੀ ਹੁਣ ਇਹ ਸਾਨੂੰ ਸਾਡੇ ਤੋਂ ਥਾਂ ਖੋਹਦੇ ਆ ਤੇ ਇਹਨਾਂ ਨੇ ਇਸ ਤਰ੍ਹਾਂ ਅੱਗ ਲਾਤੀ ਆ ਵੀ ਇਹਨਾਂ ਨੂੰ ਘਰੋਂ ਕੱਢ ਦਈਏ। ਕੀ ਮੰਗ ਕਰਦੇ ਜਾਂ ਮੰਗ ਇਹੋ ਵੀ ਸਾਨੂੰ ਇਨਸਾਫ਼ ਹੀ ਚਾਹੀਦਾ ਵਾ ਵੀ ਸਾਨੂੰ ਇਹ ਵੇਖੋ ਇਹਨਾਂ ਨੇ ਕਿੰਨਾ ਨੁਕਸਾਨ ਕਰਤਾ ਸਾਡਾ। ਹਾਂਜੀ ਦਿੱਤੀ ਆ ਜੀ ਤੇ ਕੋਈ ਸੁਣਵਾਈ ਨਹੀਂ ਕਰਦਾ ਪਿਆ ਸਾਡੀ। ਸਰ ਇੱਕ ਤੁਹਾਡਾ ਕਿੱਥੇ ਮਾਮਲਾ ਆ ਵਾ ਪਿੰਡ ਫੇਲੋਂਗੇ ਦਾ, ਪਤੀ ਪਤਨੀ ਦਾ ਝਗੜਾ ਆ ਤੇ ਉਹ ਪਤਨੀ ਕਹਿੰਦੀ ਆ ਵੀ ਮੇਰੇ ਪਤੀ ਨੇ ਅੱਗ ਲਾ ਦਿੱਤੀ ਘਰ ਨੂੰ, ਕੀ ਮਾਮਲਾ ਵਾ? ਉਹਦੇ ਨਾਲ ਸਾਡੇ ਕੋਲ ਕੰਪਲੇਂਟ ਆਈ ਸ਼ਿੰਦਰ ਕੌਰ ਦੀ, ਉਹਦੇ ਵਿੱਚ ਅਸੀਂ ਮਤਲਬ ਕੰਪਲੇਂਟ ਦੇ ਆਧਾਰ 'ਤੇ ਤਫਤੀਸ਼ ਕਰ ਰਹੇ ਹਾਂ, ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਾਂ ਵੀ ਅੱਗ ਕਿਸ ਤਰ੍ਹਾਂ ਲੱਗੀ ਆ, ਕਿਉਂਕਿ ਅੰਦਰ ਵਿੱਚ ਬਿਜਲੀ ਦੀਆਂ ਤਾਰਾਂ ਵੀ ਸੜੀਆਂ ਵਾ। ਹੁਣ ਇਹ ਸਾਰੇ ਵੇਖ ਕੇ ਵੀ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਆ ਜਾਂ ਕਿਸੇ ਨੇ ਲਗਾਈ ਆ, ਉਸ ਹਿਸਾਬ ਨਾਲ ਅਗਲੀ ਕਾਰਵਾਈ ਕਰਾਂਗੇ ਇਸ ਨੂੰ। ਤੇਜ਼ ਚੈਨਲ ਦੇ ਲਈ ਜ਼ਿਲ੍ਹਾ ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ।